हाँ जी, सत श्री अकाल जी सारिया नूं, स्वागत है किसान भरावो तुहाडा अपने चैनल मित्तला ब्लॉग्स दे उत्ते। किसान भरावो, अज दी वीडियो दे विच गल करांगे आपां झोने दी ओह वैरायटी बारे जिहड़ी 2-3 साल तों चंगी जिहड़ी आ अपने खरी उतरी आ, तां जिहने अपने झाड़ दी पूरी बल्ले बल्ले कराई होई आ, तां ओह वैरायटी जिहड़ी आ ओह हैगी अपनी सुप्रीम 110 वरायटी आ। तो वो बारे आप इस वीडियो दे विच गल करांगे। वीडियो नू शुरू करन तो पहला जिहड़े किसान वीर अपने चैनल ते नवे आए आ, सो इस चैनल नू सबसक्राइब करके नाल लगे बैल दे बटन ते क्लिक जरूर कर दिओ, तां जो अगे भी झोने दे रिलेटड जिहड़ियां आ इनफॉर्मेटिव वीडियो जिहड़ियां आ तुहाडे तक समय सिर पहुँचदियां रहन। सो जुड़दे हैं वीडियो दे विच। किसान भरावो, जिहड़ी ये सुप्रीम 110 वरायटी आ, ये बहुत ही वधिया वरायटी आ, 2-3 साल तो चंगी जिहड़ी आ किसानां दी हरमन प्यारी वरायटी जिहड़ी बनी हुई आ। तां झाड़ भी इहदा चंगा आ सुप्रीम 110 दा, इहदा एवरेज झाड़ जिहड़ा आ, एवरेज झाड़ दी आपां गल करन लगे हाँ, एवरेज झाड़ जिहड़ा इहदा आ 32 क्विंटल तक आ। तां चंगी मेहनत चंगी खाद खुराक दे नाल जिहड़ा आ कई किसान भरावां ने इहदा जिहड़ा झाड़ आ 36-37 क्विंटल तक भी जिहड़ा इहदा कढ़िया आ। तां इहदा झाड़ जिहड़ा 32 क्विंटल तो लै के 36-37 क्विंटल तक जिहड़ा इहदा झाड़ चल जांदा आ। तां इक बहुत ही वधिया इह वरायटी आ, तां इहदे विच ना तां बहुत ज़्यादा अटैक बीमारियां दा हुंदा आ। तां जे आपां इस दे उल्ट देख लईए फूसा 44 वरायटी, ਉਹ ਟਾਈਮ ਵੀ ਜ਼ਿਆਦਾ ਲੈਂਦੀ ਆ, ਤਾਂ ਉਸ ਦੇ ਵਿੱਚ ਜਿਹੜਾ ਬਿਮਾਰੀਆਂ ਦਾ ਖਾਸਾ ਆ ਉਹ ਵੀ ਬਹੁਤ ਜ਼ਿਆਦਾ ਹੁੰਦਾ ਆ। ਤਾਂ ਆਮ ਵਰਾਈਟੀਆਂ ਦੇ ਨਾਲੋਂ ਜਿਹੜਾ ਉਹਦੇ ਵਿੱਚ ਸਪਰੇਆਂ ਵੀ ਵੱਧ ਕਰਨੀਆਂ ਪੈਂਦੀਆਂ। ਇਹਦੇ ਵਿੱਚ ਸੁਪਰੀਮ 110 ਦੇ ਵਿੱਚ ਕੋਈ ਐਡੀ ਖਾਸ ਬਿਮਾਰੀ ਜਿਹੜੀ ਆ ਉਹਦਾ ਅਟੈਕ ਨਹੀਂ ਹੁੰਦਾ, ਥੋੜ੍ਹਾ ਜਿਹਾ ਸਿਰਫ ਇਹਦਾ ਕੱਦ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ ਆ। ਤਾਂ ਡਿੱਗਣ ਦੀ ਸਮੱਸਿਆ ਤਾਂ ਹੁਣ ਤੱਕ ਆਪਾਂ ਨਹੀਂ ਦੇਖੀ ਇਹਦੇ ਵਿੱਚ। ਜੇ ਆਪਾਂ ਡਿੱਗਣ ਦੀ ਸਮੱਸਿਆ ਦੇਖੀਏ ਤਾਂ ਇਸ ਵਾਰ ਜਿਹੜੀਆਂ ਕਣਕਾਂ ਆ ਤਾਂ ਚਾਹੇ ਕੋਈ ਛੋਟੇ ਕੱਦ ਵਾਲੀ ਸੀਗੀ ਅਤੇ ਚਾਹੇ ਵੱਡੇ ਵਾਲੀ ਸੀਗੀ, ਉਹ ਸਾਰਿਆਂ ਦਾ ਹੁੰਝਾ ਫਿਰਿਆ ਆ, ਤੁਸੀਂ ਆ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆ। ਤਾਂ ਕੱਦ ਥੋੜ੍ਹਾ ਜਿਹਾ ਇਹਦਾ ਵੱਧ ਆ, ਤਾਂ ਪਰ ਵਰਾਇਟੀ ਜਿਹੜੀ ਆ ਪੂਰੀ 1 ਨੰਬਰ ਆ। ਪਿਛਲੇ ਸਾਲ ਜਿਹਨਾਂ ਵੀ ਕਿਸਾਨ ਵੀਰਾਂ ਨੇ ਸੁਪਰੀਮ 110 ਵਰਾਇਟੀ ਲਾਈ ਸੀਗੀ ਤਾਂ ਉਹਨਾਂ ਦੀ ਉਮੀਦਾਂ 'ਤੇ ਚੰਗੀ ਖਰੀ ਉਤਰੀ ਸੀਗੀ, ਕਿਉਂਕਿ ਇਹਦਾ ਝਾੜ ਜਿਹੜਾ ਆ ਆਮ ਵਰਾਇਟੀਆਂ ਦੇ ਨਾਲੋਂ ਥੋੜ੍ਹਾ ਵੱਧ ਆ। ਤਾਂ ਜੇ ਆਪਾਂ ਇਹਦੀ ਗੱਲ ਕਰੀਏ ਬਿਜਾਈ ਦੀ, ਵੀ ਇਹਦੀ ਆਪਾਂ ਵਰਾਇਟੀ ਦੀ ਜਿਹੜੀ ਆ ਪਨੀਰੀ ਬੀਜਣੀ ਆ ਉਹ ਕਿਸ ਟਾਈਮ 'ਤੇ ਬੀਜ ਸਕਦੇ ਹਾਂ, ਵੀ ਜਿਹੜਾ ਵੱਧ ਝਾੜ ਜਿਹੜਾ ਲੈ ਸਕਦੇ ਹਾਂ, ਇੱਥੇ ਆਪਾਂ ਗਲਤੀ ਨਹੀਂ ਕਰਨੀ। ਕਿਸਾਨ ਭਰਾਓ, ਜਿਹੜੀ ਸੁਪਰੀਮ 110 ਵਰਾਇਟੀ ਆ ਇਹਦੀ ਜਿਹੜੀ ਪਨੀਰੀ ਦੀ ਬਿਜਾਈ ਆ ਉਹ ਘੱਟੋ ਘੱਟ 20 ਤੋਂ ਲੈ ਕੇ 25 ਮਈ ਦੇ ਵਿੱਚ ਵਿੱਚ ਜਿਹੜੀ ਕਰਨੀ ਆ। ਜੇ ਆਪਾਂ ਇਹਦੀ ਪਨੀਰੀ ਦੀ ਬਿਜਾਈ ਅਗੇਤੀ ਕਰਾਂਗੇ ਤਾਂ ਇਹਦੇ ਵਿੱਚ ਝਾੜ 'ਚ ਫਰਕ ਆ ਸਕਦਾ ਆ, ਝਾੜ ਘੱਟ ਸਕਦਾ, 2-3 ਕੁਇੰਟਲ ਝਾੜ ਜਿਹੜਾ ਘੱਟ ਜਾਊਗਾ। ਤਾਂ ਜਿੰਨਾ ਆਪਾਂ ਇਹਦੀ ਵਰਾਇਟੀ ਦੀ ਬਿਜਾਈ ਜਿਹੜੀ ਆ 25 ਮਈ ਦੇ ਆਸ ਪਾਸ ਕਰਾਂਗੇ, 20 ਤੋਂ 25 ਮਈ ਦੇ, ਤਾਂ ਇਹਦਾ ਜਿਹੜਾ ਨਸਾਰਾ ਆ ਉਹ ਗਾਂ ਜਿਹੜਾ ਆ ਆਪਣੇ ਥੋੜ੍ਹਾ ਠੰਡ ਦੇ ਵਿੱਚ ਹੋਊਗਾ, ਕਿਉਂਕਿ ਤੁਸੀਂ ਪਿੱਛੇ ਵੀ ਜੇ ਵੀ ਦੇਖਿਆ ਹੋਣਾ ਜਿਹਨਾਂ ਵਰਾਇਟੀਆਂ ਦਾ ਨਸਾਰਾ ਆਪਣੇ ਠੰਡ ਦੇ ਵਿੱਚ ਹੁੰਦਾ ਆ ਉਹ ਵਰਾਇਟੀਆਂ ਦਾ ਜਿਹੜੀਆਂ ਆ ਝਾੜ ਵੱਧ ਆਊਗਾ, ਕਿਉਂਕਿ ਜੇ ਆਪਾਂ ਹੋਰ ਵੀ ਵਰਾਇਟੀ ਲਾਉਣੀ ਆ ਜਿੱਦਾਂ ਫੂਸਾ 44 ਵੀ ਜਿਹਨਾਂ ਨੇ ਲਾਉਣਾ ਆ, ਜੇ ਮੰਨ ਕੇ ਚੱਲੋ ਵੀ ਜੇ 15 ਜੂਨ ਜਿਹੜੀ ਆ ਝੋਨੇ ਦੀ ਤਰੀਕ ਮਿੱਥੀ ਜਾਂਦੀ ਆ, ਜੇ ਤੁਸੀਂ 15 ਮਈ ਨੂੰ ਫੂਸਾ 44 ਦੀ ਪਨੀਰੀ ਦੀ ਬਿਜਾਈ ਕਰਦੇ ਹਾਂ ਉਸ ਤੋਂ ਲਗਭਗ 8-10 ਦਿਨ ਬਾਅਦ ਤੁਸੀਂ ਇਹਦੀ ਪਨੀਰੀ ਦੀ ਬਿਜਾਈ ਕਰ ਸਕਦੇ ਹਾਂ। ਤਾਂ 28-30 ਦਿਨ ਦੀ ਜਦੋਂ ਪਨੀਰੀ ਹੋ ਗਈ ਤਾਂ ਫਿਰ ਆਪਾਂ ਇਹਨੂੰ ਜਿਹੜਾ ਆਪਣੇ ਖੇਤ ਦੇ ਵਿੱਚ ਜੂਨ ਮਹੀਨੇ ਟ੍ਰਾਂਸਪਲਾਂਟ ਕਰ ਦੇਣਾ ਹੈ। ਤਾਂ ਇਹਦੇ ਵਿੱਚ ਖਾਦ ਵੀ ਬਹੁਤੀ ਨਹੀਂ ਪਾਉਣੀ ਪੈਂਦੀ, ਖਾਦ ਵੀ ਇਹਨੂੰ ਘੱਟ ਲੱਗਦੀ ਹੈ ਕਿਉਂਕਿ ਇਹਦੀ ਆਪਣੀ ਹਾਈਟ ਥੋੜ੍ਹੀ ਜਿਹੀ ਵੱਧ ਹੋ ਜਾਂਦੀ ਆ, ਸਿਰਫ ਥੋੜ੍ਹਾ ਜਿਹਾ ਇਹ 'ਚ ਹਾਈਟ ਦੀ ਪ੍ਰੋਬਲਮ ਹੀ ਆ। ਤਾਂ ਇਹ 'ਚ ਖਾਦ ਖੁਰਾਕ ਥੋੜ੍ਹੀ ਜਿਹੀ ਘੱਟ ਰੱਖਣੀ ਪੈਂਦੀ ਆ,
जिहड़ी अपने दवाइया की जे स्परेयां की गल कर लईए तां स्परेयां दा वी इहदे उत्ते बहुता खर्चा नहीं आउंदा क्योंकि एक दो स्परेवां तां आम ही सारे जणे करदे ही आ, चाहे एक कूराजिन की हो गई पहला तो जां गोर टाइम ते एक फंगीसाइड हो गया तां उह तां आपां अपने बचाव वास्ते इहते करनी पैंदी आ। उदां इहदे उत्ते बहुती जिहड़ी आ बीमारी का हमला जिहड़ा नहीं हुंदा। तां एक क्योंकि ये जिहड़ी वरायटी आ लंबा समा जिहड़ा लैंदियां वरायटियां उहनां नूं टक्कर दिंदी आ, 36-37 क्वांटल तक झाड़ जिहड़ा इहदा निकलदा, 32 तों लैके 37 क्वांटल तक झाड़ जिहड़ा इहदा रिकॉर्ड किया गया आ। सो किसान भरावो, अज दी वीडियो दे विच आपां सुप्रीम 110 बारी जानकारी देनी सी कि इहदी सिर्फ बिजाई जिहड़ी आपां 20 तों 25 मई दे विच ही पनीरी दी करनी आ। तां जदों पनीरी अपनी 28 दिन की होंगी 28-30 दिन की तो उदों आपां अपने खेत दे विच जिहड़े पनीरी पुट के ट्रांसप्लांट कर देनी आ। तां बहुत वधिया वधिया जिहड़ा झाड़ देण वाली वरायटी आ, लगभग फूसे 44 दे लागे ही इहो झाड़ दे जांदी आ क्योंकि फूसा 44 जिहड़ा आ उह घट्टो घट 160 तों 65 दिन लैंदा आ, तां ये उहदे नालों 15-20 दिन घट लै के तां वी उहदे बराबर जिहड़ा आ झाड़ देण दी समर्था रखदी आ। सो जिहड़ी इह सुप्रीम 110 वरायटी आ इहदा इस बार भी जिहड़ा रकबा आ बहुत ज़्यादा लगेगा क्योंकि पिछले साल जिहड़ा आ पिछला साल लंघ के गया आ, तां इहने चंगा झाड़ जिहड़ा आ दित्ता होया किसानां नूं। तां इस बार जिहड़ी आ इस बीज की मंग जिहड़ी आ बहुत ज़्यादा होगी सुप्रीम 110 की। सो आपां इत्थे इही ध्यान रखना आ कि जदों भी आपां हुण क्योंकि जिहड़ी चीज़ की बीज की मंग वध हो जाती उहदी डुप्लीकेसी ज़्यादा आउण लग पैंदी आ। सो आपां इहो ध्यान देना भी जदों भी आपां इह बीज नूं खरीदना आ, जिन्हां ने तां अपना पिछले साल दा रखिया वधिया, तां जिन्हां मेरे भरावां ने भी सुप्रीम 110 दा बीज दुकानां तों नवां लै के बीजना आ तां पक्के बिल ते ही लै के आयो। तां इस बार जिहड़ी आ इस दी बहुत ज़्यादा रकबे दे विच जिहड़ी आ इहदी काश्त होणी आ क्योंकि पिछले साल जिहड़ा इहने बहुत वधिया रिकॉर्ड तोड़ झाड़ जिहड़ा आ दित्ता होया वरायटी ने। किसान भरावो, वीडियो दे विच अपनी दे थले कमेंट जरूर करके दस्यो कि वीडियो किवें दी लगी आ, ते गां जिहड़ी आ वीडियो तुसी झोने दी किहड़ी वरायटी दे देखना चाहुंदे आ कि आपां उस दे रिलेटड जिहड़ी अगली वीडियो बनावांगे। जिन्ने भी तुहाडे कमेंट होणगे अपने वीडियो दे विच ते जिस किस्म दे मुताबिक ज़्यादा होणगे आपां उस वरायटी दे उत्ते जिहड़ी अगली वीडियो तैयार करांगे। Are you listening?